ਸਤਿ ਸ਼੍ਰੀ ਅਕਾਲ ਦਰਸ਼ਕੋ, ਮੈਂ ਮਮਤਾ ਮਦਾਨ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੀ ਹਾਂ ਕਰੀਅਰ ਗਾਈਡੈਂਸ ਦੇ ਨਾਲ ਰਿਲੇਟਡ ਇਸ ਖਾਸ ਸ਼ੋਅ ਵਿੱਚ। ਦਰਸ਼ਕੋ, ਅੱਜ ਦੇ ਸ਼ੋਅ ਵਿੱਚ ਇੱਕ ਵਾਰ ਫਿਰ ਤੋਂ ਸਾਡੇ ਨਾਲ ਮੌਜੂਦ ਨੇ ਪਿਰਾਮਿਡ ਈ ਸਰਵਿਸਿਜ਼ ਤੋਂ ਭਵਨੂਰ ਸਿੰਘ ਬੇਦੀ ਜੀ, ਜੋ ਸਾਨੂੰ ਗਾਈਡ ਕਰਨਗੇ ਕਿਸ ਤਰ੍ਹਾਂ ਲੀਗਲੀ ਅਸੀਂ ਵਿਦੇਸ਼ਾਂ ਵਿੱਚ ਜਾ ਕੇ ਸੈਟਲ ਹੋ ਸਕਦੇ ਹਾਂ। ਭਵਨੂਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਦਾ ਦਿਨ ਲਈ ਸਾਡਾ ਬਹੁਤ ਬਹੁਤ ਤੁਹਾਡਾ ਧੰਨਵਾਦ। ਔਰ ਐਤਵਾਰ ਦੇ ਦਿਨ ਆਪਣੇ ਰਜੇਵੇਂ ਭਰੇ ਟਾਈਮ 'ਚੋਂ ਇਸ ਸ਼ੋਅ ਨੂੰ ਦੇਖਣ ਲਈ ਟਾਈਮ ਕੱਢਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਈ ਹੋਪ ਕਿ ਅੱਜ ਜੋ ਵੀ ਆਪਾਂ ਜਾਣਕਾਰੀ ਦੇਵਾਂਗੇ ਤੁਹਾਨੂੰ ਉਹ ਜਾਣਕਾਰੀ ਪਸੰਦ ਆਊਗੀ। ਜੇ ਪਸੰਦ ਆਉਂਦੀ ਹੈ ਤਾਂ ਪਲੀਜ਼ ਕਾਲ ਕਰ ਸਕਦੇ ਹੋ 9253 9563 'ਤੇ ਪਿਰਾਮਿਡ ਈ ਸਰਵਿਸਿਜ਼ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨ ਦੇ ਲਈ। ਯੂਨੋ, ਅਗਰ ਤੁਹਾਡੇ ਕੋਈ ਸੁਝਾਅ ਹੈ, ਕੋਈ ਫੀਡਬੈਕ ਹੈ, ਕੋਈ ਜਿਸ ਚੀਜ਼ਾਂ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਹੁਣ ਵੀ ਕਾਲ ਕਰ ਸਕਦੇ ਹੋ 9253 9563 'ਤੇ। ਔਰ ਵਿਦੇਸ਼ਾਂ ਵਿੱਚ ਪੜ੍ਹਨ ਦੇ ਰਿਲੇਟਡ ਕੋਈ ਵੀ ਤੁਹਾਡੀ ਕੁਐਰੀ ਹੈ, ਚਾਹੇ ਉਹ ਕੈਨੇਡਾ ਹੈ, ਚਾਹੇ ਉਹ ਯੂਕੇ ਹੈ, ਚਾਹੇ ਆਸਟ੍ਰੇਲੀਆ ਹੈ, ਚਾਹੇ ਉਹ ਨਿਊਜ਼ੀਲੈਂਡ ਹੈ, ਚਾਹੇ ਉਹ ਅਮੈਰੀਕਾ ਹੈ, ਕਿਸੇ ਪ੍ਰਕਾਰ ਦੀ ਕੋਈ ਵੀ ਇਨਕੁਆਇਰੀ ਤੁਸੀਂ ਕਰ ਸਕਦੇ ਹੋ 9256392563 'ਤੇ ਕਾਲ ਕਰਕੇ। ਦੇਖੋ, ਤੁਸੀਂ ਕੰਡੀਸ਼ਨਲ ਆਫਰ ਲੈਟਰ ਅਪਲਾਈ ਕਰ ਸਕਦੇ ਹੋ, ਬਟ ਕੰਡੀਸ਼ਨਲ ਆਫਰ ਲੈਟਰ ਤੁਹਾਡੀ ਕੋਈ ਸੀਟ ਗਰੰਟੀ ਨਹੀਂ ਕਰਦੀ ਹੈ, ਗੱਲ ਯਾਦ ਰੱਖਣਾ। ਮਤਲਬ ਜੇ ਤੁਹਾਡੀ ਆਈਲੈਟਸ ਕੰਪਲੀਟ ਹੋ ਗਈ ਔਰ ਉਸ ਟਾਈਮ ਦੇ ਅੰਦਰ ਅੰਦਰ ਕੰਪਲੀਟ ਹੋਈ ਜਿਹੜਾ ਆਫਰ ਲੈਟਰ ਦੇ ਉੱਪਰ ਲਿਖਿਆ ਹੋਇਆ ਹੈ, ਤਾਂ ਤੁਸੀਂ ਯੂਨੋ ਆਪਣੀ ਸੀਟ ਤਾਂ ਬੁੱਕ ਕਰਵਾ ਸਕਦੇ ਹੋ। ਬਟ ਜੇ ਟਾਈਮ ਵੱਧ ਲਾਤਾ ਤਾਂ ਉਹ ਸੀਟ ਕੈਂਸਲ ਵੀ ਹੋ ਸਕਦੀ ਹੈ। ਇਸ ਲਈ ਮੇਰੀ ਤਾਂ ਇਹੀ ਸਲਾਹ ਹੈ ਕਿ ਆਫਰ ਵੀ ਅਪਲਾਈ ਕਰ ਦਿਉ ਕੰਡੀਸ਼ਨਲ, ਔਰ ਨਾਲ ਦੀ ਨਾਲ ਆਈਲੈਟਸ ਇਮੀਡੀਏਟਲੀ ਸ਼ੁਰੂ ਕਰਵਾ ਦਿਉ ਔਰ ਉੱਥੇ ਸ਼ੁਰੂ ਕਰਵਾਓ ਜਿੱਥੇ ਘੱਟ ਤੋਂ ਘੱਟ 6-8 ਘੰਟੇ ਦਾ ਬੈਚ ਹੈ, ਤਾਂ ਕਿ ਬੱਚਾ ਵੱਧ ਤੋਂ ਵੱਧ ਟਾਈਮ ਸਿੱਖਣ ਨੂੰ ਲਾਵੇ ਔਰ ਜਲਦੀ ਸਿੱਖੇ ਔਰ ਸਾਰੇ ਮੋਡਿਊਲ ਕਵਰ ਕਰੇ। ਇਹ ਇਨਫੋਰਮੇਸ਼ਨ ਜ਼ਿਆਦਾਤਰ ਉਹਨਾਂ ਬੱਚਿਆਂ ਲਈ ਜਿਨ੍ਹਾਂ ਨੇ ਹੁਣੀ 12ਵੀਂ ਜਾਂ ਗ੍ਰੈਜੂਏਸ਼ਨ 2020 'ਚ ਕੰਪਲੀਟ ਕਰਨੀ ਹੈ। ਯੂਨੋ, ਅਗਲੇ 5-7-10 ਦਿਨਾਂ ਦੇ ਵਿੱਚ ਇਮਤਿਹਾਨ ਮੁੱਕਣ ਵਾਲੇ ਹੈ, ਸੋ ਰਾਦਰ ਦੈਨ ਵੇਸਟਿੰਗ ਟਾਈਮ ਇਮੀਜੀਏਟਲੀ ਆਈਲਟਸ ਦੀ ਪ੍ਰਪਰੇਸ਼ਨ ਸ਼ੁਰੂ ਕਰ ਦਿਉ। ਹਰ ਇੱਕ ਮੋਡਿਊਲ ਉੱਪਰ ਨਾਲ ਦੀ ਨਾਲ ਫੋਕਸ ਕਰੋ, ਚਾਹੇ ਉਹ ਰੀਡਿੰਗ ਹੈ, ਚਾਹੇ ਉਹ ਰਾਈਟਿੰਗ ਹੈ, ਚਾਹੇ ਉਹ ਲਿਸਨਿੰਗ ਹੈ, ਚਾਹੇ ਉਹ ਸਪੀਕਿੰਗ ਹੈ। ਜ਼ਿਆਦਾਤਰ ਪ੍ਰੋਬਲਮ ਰਾਈਟਿੰਗ, ਰੀਡਿੰਗ ਔਰ ਸਪੀਕਿੰਗ ਉੱਪਰ ਆਉਂਦੀ ਹੈ, ਇਸ ਕਰਕੇ ਉਹਦੇ ਉੱਪਰ ਥੋੜ੍ਹਾ ਜਿਹਾ ਯੂਨੋ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਜਿਹੜੇ ਸੈਂਟਰ ਇੰਡੀਵਿਜੁਅਲ ਮੋਡਿਊਲਸ ਉੱਪਰ ਟੈਸਟਿੰਗ ਲੈਂਦੇ ਹੈ, ਟਾਈਮ ਟੂ ਟਾਈਮ ਫੀਡਬੈਕ ਦਿੰਦੇ ਹੈ, ਉਹਨਾਂ ਨੂੰ ਪ੍ਰੈਫਰ ਕਰੋ। ਪਿਰਾਮਿਡ ਈ ਸਰਵਿਸਿਜ਼ ਵੀ ਬ੍ਰਿਟਿਸ਼ ਕਾਊਂਸਲ ਔਰ IDP ਸਰਟੀਫਾਈਡ ਹੈ। ਰੀਸੈਂਟ ਸਾਡੀ ਕੈਲ ਦੀ ਸਰਟੀਫਿਕੇਸ਼ਨ ਵੀ ਹੋਈ ਹੈ, ਸੋ ਕੈਲ ਟੈਸਟ ਸੈਂਟਰ ਵੀ ਅਪਰੂਵ ਹੋ ਗਿਆ ਹੈ ਪਿਰਾਮਿਡ ਈ ਸਰਵਿਸਿਜ਼ ਦਾ। ਸੋ ਤੁਸੀਂ ਪਿਰਾਮਿਡ ਈ ਸਰਵਿਸਿਜ਼ ਰਾਹੀਂ ਆਈਲਟਸ ਤਾਂ ਕਰ ਹੀ ਸਕਦੇ ਹੋ, ਬਟ ਆਈਲਟਸ ਤੋਂ ਬਾਅਦ ਆਪਣਾ ਸਟੱਡੀ ਵੀਜ਼ੇ ਦਾ ਜਰਨੀ ਸਾਡੇ ਥਰੂ ਸ਼ੁਰੂ ਕਰਕੇ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ। ਸੋ ਵਨ ਸਟੋਪ ਸ਼ੋਪ ਹੈ ਪਿਰਾਮਿਡ, ਔਰ ਆਈਲਟਸ ਵਿੱਚ ਆਪਾਂ ਉਹੋ ਜਿਹੇ ਬੱਚਿਆਂ ਨੂੰ ਭਰਤੀ ਨਹੀਂ ਦੇਈਦੀਆਂ ਜਿਹੜੇ ਸਿਰਫ ਘੁੰਮਣ ਫਿਰਨ ਲਈ ਇੱਧਰ ਉੱਧਰ ਮੀਨੋ ਮਟਰ ਕਿਸ਼ਤੀ ਕਰਨ ਲਈ ਆਉਂਦੇ। ਜਿਹੜੇ ਬੱਚੇ ਸੀਰੀਅਸ ਹੈ, ਜਿਹੜੇ ਕਮਿਟਡ ਹੈ ਕਿ ਆਏ, ਮਹੀਨਾ ਲਾਇਆ, 2 ਮਹੀਨੇ ਲਾਏ, ਪੜ੍ਹਾਈ ਕੀਤੀ, ਅੱਗੇ ਮੂਵ ਹੋਏ, ਯੂਨੋ ਔਰ ਅਪਲਾਈ ਕੀਤਾ, ਉੱਦਾਂ ਦੇ ਬੱਚੇ ਪਿਰਾਮਿਡ ਕੋਲ ਆਈਲਟਸ ਕਰਨ ਆਉਣ, ਤਾਂ ਕਿ ਟਾਈਮ ਬਾਊਂਡ ਆਪਾਂ ਵੀ ਡਿਲੀਵਰ ਕਰ ਸਕੀਏ ਔਰ ਬੱਚੇ ਵੀ ਟਾਈਮ ਬਾਊਂਡ ਕਮਿਟਮੈਂਟ ਦੇ ਕੇ ਆਪਣੇ ਆਈਲਟਸ ਦਾ ਐਗਜ਼ਾਮ ਦੇ ਕੇ ਸਪਟੰਬਰ ਸੈਸ਼ਨ ਲਈ ਬਾਹਰ ਜਾ ਸਕਣ। ਜੀ ਸਰ, ਜੇ ਅਸੀਂ ਗੱਲ ਕਰੀਏ ਯੂਕੇ ਸਟੂਡੈਂਟ ਵੀਜ਼ਾ ਦੀ, ਨੈਕਸਟ ਇਨਟੇਕ ਕਦੋਂ? ਸੋ ਜੁਲਾਈ ਇਨਟੇਕ ਅਗਲਾ ਇਨਟੇਕ ਹੈ। ਯੂਕੇ ਵਿੱਚ ਬੜੀਆਂ ਪ੍ਰੋਬਲਮ ਆ, ਆਪਾਂ ਦੇਖੀਆਂ ਕਿ ਆਫਰ ਲੈਟਰ ਨਹੀਂ ਆਉਂਦੀ ਪਈ, ਕੈਸ਼ ਨਹੀਂ ਆ ਰਹੀ, ਬੱਚਿਆਂ ਨੇ ਅਪਲਾਈ ਕੀਤਾ ਪਿਆ। ਬੇਸਿਕਲੀ ਇਹਦਾ ਮੇਨ ਰੀਜ਼ਨ ਸੀ ਕਿ ਜਿਹੜੇ ਬੱਚੇ ਇੱਕੋ ਕਾਲਜਾਂ ਵਿੱਚ ਅਪਲਾਈ ਕਰੀ ਜਾ ਰਹੇ ਸੀ, ਜਿਹੜੇ ਏਜੰਟ ਵਿਦਾਊਟ ਆਈਲਟਸ ਦੀ ਐਪਲੀਕੇਸ਼ਨ ਭਰ ਭਰ ਕੇ ਕੁਝ ਗਿਣੀ ਚੁਣੀਆਂ ਯੂਨੀਵਰਸਿਟੀਆਂ 'ਚ ਪਾਈ ਜਾ ਰਹੇ ਸੀ, ਉਹਨਾਂ ਕੋਲ ਐਪਲੀਕੇਸ਼ਨਾਂ ਵੱਧ ਪਹੁੰਚ ਗਈਆਂ, ਆਫਰ ਯੂਨੋ ਬੱਚੇ ਘੱਟ ਚਾਹੀਦੇ ਸੀ। ਇਸ ਬਾਰੇ ਗੱਲਬਾਤ ਕਰਾਂਗੇ ਇਸ ਕਾਲ ਤੋਂ ਬਾਅਦ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸ਼ੋਅ ਵਿੱਚ। ਹਾਂਜੀ, ਸਤਿ ਸ਼੍ਰੀ ਅਕਾਲ ਮੈਮ। ਜੀ ਮੈਮ, ਸਵਾਲ ਪੁੱਛੋ। ਮੈਂ ਮੀਨਾਕਸ਼ੀ ਗੱਲ ਕਰ ਰਹੀ ਹਾਂ ਹੁਸ਼ਿਆਰਪੁਰ ਤੋਂ। ਜੀ ਮੀਨਾਕਸ਼ੀ ਜੀ। ਹਾਂਜੀ ਸਰ, ਮੇਰਾ ਨਾ ਪਲੱਸ ਟੂ ਦੇ ਬੇਸ ਤੇ ਮੈਂ ਆਪਣੀ ਫਾਈਲ ਲਗਾਈ ਸੀ, ਮੇਰੇ 7 ਬੈਂਡ ਸੀਗੇ ਆਈਐਲਟਸ ਦੇ ਵਿੱਚੋਂ। ਓਕੇ, ਉੱਤੋਂ ਗੱਲ ਕਰ ਰਹੀ ਹਾਂ ਤੇ ਮੇਰਾ ਰਿਫਿਊਜ਼ ਹੋ ਗਿਆ ਕੈਨੇਡਾ ਦਾ। ਅੱਛਾ, ਮੈਂ ਇੰਟੇਕ ਵਾਸਤੇ। 12ਵੀਂ ਚ ਨੰਬਰ ਕਿੰਨੇ ਸੀਗੇ? ਸਰ 70% ਸੀਗੇ। ਓ ਵੈਰੀ ਗੁੱਡ। ਤੇ ਰਿਫਿਊਜ਼ਲ ਦੇ ਉੱਪਰ ਕਾਰਨ ਕੀ ਲਿਖਿਆ ਹੈ? ਕੈਨੇਡਾ ਲੀਵ ਕਰਕੇ ਨਹੀਂ ਆਉਣਾ ਹੈਗਾ। ਤੇ ਇਹ ਇੱਕ ਬੜਾ ਜਨਰਲ ਜਿਹਾ ਕਾਰਨ ਹੈ, ਇਹਦੇ ਪਿੱਛੇ ਰੀਜ਼ਨਸ ਬਹੁਤ ਹੋ ਸਕਦੇ ਹੈ। ਯੂਨੋ ਕਈ ਵਾਰੀ ਇਹ ਵੀ ਦੇਖਣ ਨੂੰ ਆਇਆ ਕਿ ਇੱਕ ਕਾਲਜ ਵਿੱਚ ਇੱਕੋ ਤਰ੍ਹਾਂ ਦੇ ਪ੍ਰੋਗਰਾਮ ਵਿੱਚ ਅਗਰ ਐਪਲੀਕੇਸ਼ਨ ਜ਼ਿਆਦਾ ਪਾ ਰਹੇ ਹਾਂ ਤਾਂ ਉਹ ਰਿਫਿਊਜ਼ ਵੀ ਹੋ ਸਕਦੀ ਹੈ, ਪਰ ਤੁਹਾਡੇ ਵਰਗਾ ਕੇਸ ਮੁੜ ਕੇ ਅਗਰ ਫਾਈਲ ਲੱਗੂਗੀ ਤਾਂ ਵੀਜ਼ਾ ਆਉਣ ਦੇ ਚਾਂਸਿਸ ਬਹੁਤ ਵੱਧ ਹੈ। ਮੈਂ ਉਹੀ ਦੱਸ ਰਿਹਾ ਸੀ, ਯੂਨੋ ਮੈਡਮ ਨਾਲ ਆਫਲਾਈਨ ਵੀ ਆਪਾਂ ਗੱਲ ਕਰ ਰਹੇ ਸੀ ਕਿ ਪਿਛਲੇ ਹਫ਼ਤੇ ਯੂਨੋ 11 ਵੀਜ਼ੇ ਆਏ ਆ ਰਿਫਿਊਜ਼ਲ ਤੋਂ ਬਾਅਦ, ਜਿਨ੍ਹਾਂ ਬੱਚਿਆਂ ਦੇ ਬੈਂਡ ਠੀਕ
ਸੀ। ਦੋ ਮੋਡਿਊਲ ਵਿੱਚ 5.5 ਬੈਂਡ ਤੇ ਫਾਈਲ ਲਾਣ ਦਾ ਹੁਣ ਕੋਈ ਫਾਇਦਾ ਨਹੀਂ ਹੈ, ਵੀਜ਼ਾ ਨਹੀਂ ਜੇ ਦੇਣਾ ਉਹਨਾਂ ਨੇ। ਇੱਕ ਮੋਡਿਊਲ ਵਿੱਚ 5.5 ਬੈਂਡ ਹੈ, ਵੀਜ਼ਾ ਲੱਗ ਸਕਦਾ ਹੈ, ਮੁੜ ਲੱਗ ਸਕਦਾ ਹੈ, ਪਰ SDS ਔਰ 60% ਤੋਂ ਉੱਪਰ ਨੰਬਰ ਵਾਲੇ ਬੱਚਿਆਂ ਦੇ ਵੀਜ਼ੇ ਲੱਗਣ ਦੀ ਚਾਂਸਿਸ ਔਰ ਪ੍ਰੋਬੇਬਿਲਿਟੀ ਬਹੁਤ ਹਾਈ ਹੈ। ਜੇ ਤੁਸੀਂ SDS ਵਿੱਚ ਫਾਲ ਕਰਦੇ ਹੋ, ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ ਹੈ, ਇਹ ਤੇ 92563 ਤੇ ਇਮੀਡੀਏਟਲੀ ਕਾਲ ਕਰਕੇ ਅਪੁਆਇੰਟਮੈਂਟ ਬੁੱਕ ਕਰਵਾਓ ਔਰ ਆ ਕੇ ਆਪਣੀ ਫਾਈਲ ਮੁੜ ਕੇ ਲਾਓ, ਯੂਨੋ। ਔਰ ਤੁਹਾਡੇ ਕੇਸ ਵਿੱਚ ਮੀਨਾਕਸ਼ੀ, ਯੂਨੋ, ਵੀ ਆਰ ਨੋਟ ਗੋਇੰਗ ਟੂ ਬੀ ਰਾਈਟਿੰਗ ਐਨ SOP, ਵੀ ਹੈਵ ਇੰਟਰੋਡਿਊਸਡ LOE, ਲੈਟਰ ਆਫ ਐਕਸਪਲੇਨੇਸ਼ਨ। SOP ਦਾ ਮਤਲਬ, ਕਈ ਵਾਰੀ ਆਪਾਂ ਦੇਖਿਆ ਕਿ ਏਜੰਟਸ ਜਿਹੜੇ ਕਹਾਣੀਆਂ ਪਾਉਂਦੇ ਰਹਿੰਦੇ, 3-3 ਪੇਜਾਂ ਦੀ SOP ਲਾ ਦਿੰਦੇ ਆ, ਜਸਟ ਨਹੀਂ ਦੱਸਦੇ ਕਿ ਕਾਰਨ ਕੀ ਹੈ। ਜਿਵੇਂ ਮੈਂ ਦੂਜੇ, ਯੂਨੋ, ਕਿਸੇ ਮੰਚ 'ਤੇ ਵੀ ਗੱਲ ਕਰ ਰਿਹਾ ਸੀ ਕਿ ਯੂਨੋ ਬੱਚੇ ਦਾ ਵੀਜ਼ਾ ਰਿਫਿਊਜ਼ ਹੋ ਗਿਆ, 60% ਨੰਬਰ, ਇੱਕ ਵਿੱਚ 5.5 ਓਵਰਆਲ 6, ਅਤੇ ਯੂਨੋ ਜਦੋਂ ਆਪਾਂ ਗੱਲਬਾਤ ਕੀਤੀ ਬੱਚੇ ਦੇ ਨਾਲ, ਜਦੋਂ ਉਹਦੀ ਜ਼ਿੰਦਗੀ ਵਿੱਚ ਝਾਂਕਣ ਦੀ ਕੋਸ਼ਿਸ਼ ਕੀਤੀ ਤਾਂ ਦੇਖਿਆ 10ਵੀਂ ਵਿੱਚ ਬੱਚੇ ਦੇ 80% ਨੰਬਰ 10ਵੀਂ ਦੇ ਵਿੱਚ, 12ਵੀਂ ਵਿੱਚ 60% ਰਹਿ ਗਏ। ਕਿਉਂ ਰਹਿ ਗਏ? ਕਿਉਂਕਿ ਬੱਚਾ ਸਟੇਟ ਲੈਵਲ 'ਤੇ, ਯੂਨੋ, ਸਪੋਰਟਸਮੈਨ ਸੀਗਾ, ਰੈਸਲਿੰਗ ਕੰਪੀਟੀਸ਼ਨਸ ਖੇਡਦਾ ਸੀ, ਸਟੇਟ ਲੈਵਲ 'ਤੇ ਜਾ ਕੇ ਖੇਡਦਾ ਸੀ। ਤਾਂ ਜਦੋਂ ਇਹ ਗੱਲਾਂ ਸਮਝਾਈਆਂ ਗਈਆਂ, ਇੱਕ ਪੇਜ ਦੀ ਲੈਟਰ ਲਿਖੀ ਆਪਾਂ MBC ਨੂੰ ਕਿ ਯਾਰ ਬੱਚਾ ਕਾਬਿਲ ਹੈ, ਲਾਇਕ ਹੈ, ਬੈਂਡ ਦੇਖੋ ਉਹਦੇ ਠੀਕ ਆ ਗਏ ਹੈ, ਯੂਨੋ, 10ਵੀਂ 'ਚ ਬਹੁਤ ਲਾਇਕ ਸੀ, ਪਰ ਸਟੇਟਸ ਵਿੱਚ ਸਪੋਰਟ ਲੈਵਲ 'ਤੇ ਜਦੋਂ ਖੇਡਦਾ ਤਾਂ ਬੜੀ ਅਪ ਡਾਊਨ ਕਰਨੀ ਪੈਂਦੀ ਹੈ, ਕੰਪੀਟੀਸ਼ਨ ਲੜਨੇ ਪੈਂਦੇ ਹੈ, ਬਟ ਉੱਥੇ ਜਾ ਕੇ ਬੱਚਾ ਪੜ੍ਹਾਈ 'ਤੇ ਵੀ ਫੋਕਸ ਕਰੂਗਾ, ਸਪੋਰਟਸ ਵਿੱਚ ਵੀ ਅੱਗੇ ਰਹੂਗਾ, ਅਤੇ ਇੱਕ ਓਵਰਆਲ ਐਸੈਟ ਤੁਹਾਡੇ ਮੁਲਕ ਨੂੰ ਦੇ ਰਹੇ ਹਾਂ, ਅਤੇ ਉਹ ਬੱਚੇ ਦਾ ਮੁੜ ਵੀਜ਼ਾ ਆ ਗਿਆ। ਸੋ ਬੇਸਿਕ ਗੱਲ ਮਤਲਬ ਇੱਥੇ ਦੱਸਣ ਦੀ ਹੈ ਕਿ ਜੇ ਤੁਸੀਂ ਸਮਝਾਉਂਗੇ, ਕਾਰਨ ਦੱਸੋਗੇ, ਅਤੇ ਰਿਫਿਊਜ਼ਲ ਤੋਂ ਬਾਅਦ ਵੀ ਵੀਜ਼ਾ ਲੱਗ ਸਕਦਾ ਹੈ, ਯੂਨੋ, ਇੱਦਾਂ ਦੀਆਂ ਚੀਜ਼ਾਂ ਕਿ ਆਪਾਂ ਮੁੜ ਕੇ ਆ ਕੇ ਇਹ ਕਰਾਂਗੇ, ਇੰਡੀਆ 'ਚ ਆ ਕੇ ਇਹ ਕਰਾਂਗੇ, ਹੈਲਥ ਸੈਂਟਰ ਖੋਲਾਂਗੇ, ਉਹਨਾਂ ਨੂੰ ਸਭ ਪਤਾ ਕਿ ਬੇਸਿਕਲੀ ਜਿਹੜਾ ਜਾ ਰਿਹਾ ਉਹਨੇ ਮੁੜ ਆਉਣਾ ਨਹੀਂ ਹੈ। ਤੁਸੀਂ ਦੱਸੋ ਕਿ ਯੂਨੋ ਇਹ ਕਮੀ ਪੇਸ਼ੀ ਰਹਿ ਗਈ ਮੇਰੀ ਫਾਈਲ ਦੇ ਵਿੱਚ, ਪਰ ਮੇਰੇ ਕਾਰਨ ਇਹ ਹੈ ਇਸ ਕਮੀ ਪੇਸ਼ੀ ਦੇ ਪਿੱਛੇ, ਔਰ ਮੇਰੀ ਇਹ ਜ਼ਿੰਦਗੀ ਵਿੱਚ ਐਸਪੀਰੇਸ਼ਨਸ ਹੈ ਕੈਨੇਡਾ ਨੂੰ ਲੈ ਕੇ, ਕੈਨੇਡਾ ਵਿੱਚ ਪੜ੍ਹਨ ਨੂੰ ਲੈ ਕੇ, ਅਤੇ ਮੁੜ ਵੀਜ਼ਾ ਹਾਸਲ ਕੀਤਾ ਜਾ ਸਕਦਾ ਹੈ, ਰਿਫਿਊਜ਼ਲ ਤੋਂ ਬਾਅਦ ਵੀਜ਼ਾ ਆ ਸਕਦਾ ਹੈ, ਵੀਜ਼ੇ ਆ ਰਹੇ ਹਨ, ਵੀਜ਼ਾ ਆ ਸਕਦਾ ਹੈ। 92563 'ਤੇ ਅੱਜ ਹੀ ਕਾਲ ਕਰਕੇ ਅਪੁਆਇੰਟਮੈਂਟ ਬੁੱਕ ਕਰਵਾਓ, ਆ ਕੇ ਵੀਜ਼ਾ ਕਾਉਂਸਲਰਸ ਨਾਲ ਮਿਲੋ, LOE ਬਾਰੇ ਗੱਲ ਕਰੋ, ਯੂਨੋ, ਕਿੱਦਾਂ ਦੀ ਲਿਖਾਂਗੇ, ਕੀ ਲਿਖਾਂਗੇ, ਸਾਡੇ ਐਕਸਪਰਟਸ ਲਿਖਣਗੇ, ਔਰ ਮੈਂ ਆਪ ਚੈੱਕ ਕਰਦਾ, ਯੂਨੋ, ਔਰ ਉਸ ਤੋਂ ਬਾਅਦ ਫਿਰ ਫਾਈਲ ਲੱਗਦੀ ਹੈ ਅਤੇ ਚਾਂਸਿਸ ਵੱਧ ਜਾਂਦੇ ਆ। ਜੀ ਸਰ, ਅਸੀਂ UK ਦੀ ਗੱਲ ਕਰ ਰਹੇ ਸੀਗੇ, ਜਿੱਦਾਂ ਪਹਿਲੇ ਪ੍ਰੋਬਲਮ ਆਈ ਕੈਸ ਲੈਟਰਸ ਦੀ, ਬੱਚਿਆਂ ਦੇ ਮਨ 'ਚ ਹਾਲੇ ਵੀ ਡਾਊਟ ਹੈ ਕਿ ਸ਼ਾਇਦ ਹੁਣ ਵੀ ਉਹ, ਦੇਖੋ ਜੇ ਤੁਸੀਂ ਉਹਨਾਂ ਏਜੰਟਸ ਕੋਲ ਜਾ ਰਹੇ ਹੋ ਜੋ ਵਿਦਆਊਟ ਆਈਲੈਟਸ ਇੱਕੋ ਕਾਲਜਾਂ ਵਿੱਚ ਐਪਲੀਕੇਸ਼ਨਾਂ ਦੀ ਲੜੀ ਲਾਈ ਜਾਂਦਾ, ਅਤੇ ਹੁਣ ਵੀ ਪ੍ਰੋਬਲਮ ਆਊਗੀ, ਅੱਗੇ ਵੀ ਪ੍ਰੋਬਲਮ ਆਊਗੀ। ਪਿਰਾਮਿਡ ਗਿਨੇ ਚੁਣੇ ਯੂਨੀਵਰਸਿਟੀਜ਼ ਨਾਲ, ਅੱਛੀਆਂ ਯੂਨੀਵਰਸਿਟੀਜ਼ ਨਾਲ ਕੰਮ ਕਰਦਾ, ਜੋ ਚੰਗੇ ਬੱਚਿਆਂ ਨੂੰ ਐਡਮਿਟ ਕਰਦਾ ਹੈ, ਟਾਈਮ ਸਿਰ ਆਫਰ ਦਿੰਦਾ, ਟਾਈਮ ਸਿਰ ਕੈਸ ਦਿੰਦਾ। ਹੈਲੋ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸ਼ੋਅ ਵਿੱਚ। ਹਾਂਜੀ ਮੈਮ, ਸਤਿ ਸ਼੍ਰੀ ਅਕਾਲ ਜੀ। ਮੈਮ, ਸਵਾਲ ਪੁੱਛੋ। ਹਾਂਜੀ ਮੈਮ, ਮੈਂ ਨਵਦੀਪ ਗੱਲ ਕਰ ਰਹੀ ਹਾਂ ਫਰੀਦਕੋਟ ਤੋਂ। ਜੀ ਨਵਦੀਪ। ਹਾਂਜੀ ਸਰ, ਮੈਂ ਨਾ UK ਕੰਟਰੀ ਦੇ ਲਈ ਅਪਲਾਈ ਕੀਤਾ ਸੀ, ਪਲੱਸ 2 ਕੀਤੀ ਹੋਈ ਹੈ ਮੈਂ ਆਰਟਸ ਨਾਲ। ਤੇ ਸਰ ਐਕਚੁਅਲੀ ਮੈਂ ਨਾ ਕਿਸੇ ਲੋਕਲ ਏਜੰਟ ਦੇ ਕੋਲ ਅਪਲਾਈ ਕੀਤਾ ਸੀ, ਮੇਰੇ ਨਾ UK ਦਾ ਕੈਸ਼ ਨਹੀਂ ਆ ਰਿਹਾ ਹੈਗਾ। ਓਕੇ, ਤੇ ਤੁਹਾਡੇ ਆਈਲਟਸ ਵਿੱਚ ਕਿੰਨੇ ਬੈਂਡ ਸਗੇ? ਬੇਸਿਕਲੀ ਜਨਵਰੀ ਫਰਵਰੀ ਇਨਟੇਕ ਦੇ ਵਿੱਚ ਕਿ ਯੂਨੋ ਇੰਨੀ ਜ਼ਿਆਦਾ ਐਪਲੀਕੇਸ਼ਨਾਂ ਵੱਧ ਗਈਆਂ ਉਹਨਾਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਵਿਦਆਊਟ ਆਈਲਟਸ ਐਡਮਿਸ਼ਨ ਲੈ ਰਹੇ ਸੀ, ਬੱਚਾ ਚਾਹੀਦਾ ਸੀ, 200 ਐਪਲੀਕੇਸ਼ਨਾਂ ਆ ਗਈਆਂ, 20,000 ਕੈਸ ਦਿੱਤੇ, ਯੂਨੋ 400, ਅਤੇ ਜਿਹੜੀ ਬਾਕੀ 16,000 ਸੀਗੇ, ਯੂਨੋ, ਅਤੇ ਉਹਨਾਂ ਬੱਚਿਆਂ ਦਾ ਕੀ ਹੋਇਆ? ਉਹਨਾਂ ਬੱਚਿਆਂ ਦਾ ਇਹੀ ਹੋਇਆ ਕਿ ਉਹਨੂੰ ਡੈਫਰ ਕਰਤਾ, ਲੇਟ ਕਰਤਾ, ਮਨਾ ਕਰਤਾ, ਕੋਈ ਨਾ ਕੋਈ ਕਾਰਨ ਬਹਾਨਾ ਲੱਭ ਕੇ ਨਾ ਕਰਤੀ। ਸੋ ਇਸ ਕਰਕੇ ਆਈਲੈਟਸ ਦੇ ਕੇ UK ਵਿੱਚ ਜਾਓ, ਹੁਣ ਤਾਂ ਪੁਆਇੰਟ ਬੇਸ ਸਿਸਟਮ ਨਾਲ ਅੱਗੇ ਫਰਦਰ ਸਟੇ ਬੈਕ ਦੀ ਓਪਰਚੁਨਿਟੀਜ਼ ਵੀ ਇਨਕਰੀਜ਼ ਹੋ ਗਈਆਂ ਹੈ। ਇੱਕ ਯੂਰੋਪੀਅਨ ਯੂਨੀਅਨ ਦਾ ਸਿਟੀਜ਼ਨ ਔਰ ਇੱਕ ਇੰਡੀਅਨ ਸਿਟੀਜ਼ਨ ਹੁਣ ਇੱਕੋ ਲੈਵਲ 'ਤੇ ਆ ਕੇ ਖੜ੍ਹੇ ਹੋ ਗਏ ਹੈ, ਪੂਰਾ ਵਰਲਡ ਇੱਕੋ ਲੈਵਲ 'ਤੇ ਆ ਕੇ ਖੜ੍ਹਾ ਹੋ ਗਿਆ ਪੁਆਇੰਟ ਬੇਸ ਸਿਸਟਮ ਦੇ ਨਾਲ। 70 ਪੁਆਇੰਟਸ ਨਾਲ ਤੁਸੀਂ ਕੁਆਲੀਫਾਈ ਕਰ ਸਕਦੇ ਹੋ, ਫਰਦਰ ਪੁਆਇੰਟ ਬੇਸ ਸਿਸਟਮ ਦੇ ਨਾਲ ਅੱਗੇ ਫਰਦਰ ਉੱਥੇ ਕੰਮ ਐਕਸਟੈਂਡ ਵੀ ਕਰਵਾ ਸਕਦੇ ਹੋ, ਕੰਮ ਵੀ ਕਰ ਸਕਦੇ ਹੋ। ਸੋ ਦੈਟਸ ਅ ਗ੍ਰੇਟ ਓਪਰਚੁਨਿਟੀ, ਆਈਲਟਸ ਇੰਪਰੂਵ ਕਰੋ। ਮੇਰੀ ਸੁਜੈਸ਼ਨ ਇਹ ਹੈ, ਯੂਨੋ, 6 ਬੈਂਡ ਲੈ ਕੇ ਆਓ, ਚਾਹੇ ਇੱਕ ਵਿੱਚ 5 ਰਹਿ ਜਾਣ, 5 ਰਹਿ ਜਾਣ, ਕੋਈ ਪ੍ਰੋਬਲਮ ਨਹੀਂ ਹੈ। ਆਈਲਟਸ ਨਾਲ ਫਾਈਲ ਲਾਉਂਗੇ ਅਤੇ ਟਾਈਮ ਸਿਰ ਆਫਰ ਵੀ ਆਊਗੀ, ਟਾਈਮ ਸਿਰ ਕੈਸ਼ ਵੀ ਆਊਗੀ। ਰਿਫਿਊਜ਼ਲ ਲੱਗਾ ਕੈਨੇਡਾ ਦਾ, ਰਿਫਿਊਜ਼ਲ ਲੱਗਾ ਆਸਟ੍ਰੇਲੀਆ ਦਾ, ਰਿਫਿਊਜ਼ਲ ਲੱਗਾ US ਦਾ,
ਕੋਈ ਘਬਰਾਉਣ ਦੀ ਲੋੜ ਨਹੀਂ ਹੈ, ਫਾਈਲ ਲਾਓ ਚੰਗੀ ਯੂਨੀਵਰਸਿਟੀ ਕਾਲਜ ਦੇ ਵਿੱਚ, ਅਪਲਾਈ ਕਰੋ, ਡਿਗਰੀ ਕਰਨ ਜਾਓ, ਮਾਸਟਰਸ ਡਿਗਰੀ ਕਰਨ ਜਾਓ, ਸਪਾਊਸ ਨਾਲ ਲੈ ਕੇ ਜਾਓ, ਸਾਰੀਆਂ ਪੋਸੀਬਿਲਿਟੀਜ਼ ਹੈ। ਪਰ ਸਟਾਰਟ ਹੋਊਗਾ ਆਇਲਸ ਦੇ ਨਾਲ, ਸਟਾਰਟ ਹੋਊਗਾ ਪੀਟੀ ਦੇ ਨਾਲ, ਸਟਾਰਟ ਹੋਊਗਾ ਯੂ ਨੋ ਟੋਫਲ ਦੇ ਨਾਲ। ਅਗਰ ਇੰਗਲਿਸ਼ ਦਾ ਅਸੈਸਮੈਂਟ ਟੈਸਟ ਕਲੀਅਰ ਕਰਾਂਗੇ ਫਿਰ ਫਾਈਲ ਲਾਵਾਂਗੇ ਅਤੇ ਔਫਰ ਵੀ ਛੇਤੀ ਆਊਗੀ, ਕੈਸ਼ ਵੀ ਛੇਤੀ ਆਊਗਾ, ਵੀਜ਼ਾ ਵੀ ਛੇਤੀ ਆਊਗਾ। ਜੀ ਸਰ, ਜੇ ਅਸੀਂ ਗੱਲ ਕਰੀਏ ਆਸਟ੍ਰੇਲੀਆ ਦੀ, ਪਹਿਲੇ ਕਾਲ ਲੈ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸ਼ੋ ਵਿੱਚ। ਹੈਲੋ, ਸਤਿ ਸ਼੍ਰੀ ਅਕਾਲ ਮੈਮ, ਮੈਂ ਰੁਪਿੰਦਰ ਗੱਲ ਕਰ ਰਿਹਾ ਜੀ। ਜੀ ਰੁਪਿੰਦਰ, ਅਤੇ ਮੈਂ ਨਾ ਪਲੱਸ ਟੂ ਦੇ ਮੇਰੇ ਐਗਜ਼ਾਮ ਹੋ ਰਹੇ ਆ ਅਤੇ ਸੈਮੀਨਾਰ ਆ ਰਹੇ ਆ ਤੁਹਾਡੇ ਕਿ ਨਹੀਂ? ਬਿਲਕੁਲ ਆ ਰਹੇ ਆ ਜੀ, 12ਵੀਂ ਪਿਛਲੇ ਸਾਲ ਵੀ ਅਟੈਂਡ ਕੀਤੇ ਸੀ। ਸੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿਰਾਮਿਡ ਈ ਸਰਵਿਸਿਸ ਮੈਗਾ ਐਜੂਕੇਸ਼ਨ ਫੇਅਰ ਲੈ ਕੇ ਆਇਆ ਹੈ, ਜਿਹਦੇ ਵਿੱਚ ਤੁਸੀਂ ਮਿਲ ਸਕਦੇ ਹੋ 35 ਤੋਂ ਵੱਧ ਚੱਲ ਕੇ ਆ ਰਹੇ ਕਾਲਜਸ ਦੇ ਨੁਮਾਇੰਦਿਆਂ ਨੂੰ, ਕਾਲਜਸ ਦੇ ਰਿਪ੍ਰੈਜੈਂਟੇਟਿਵਸ ਨੂੰ, ਉਹਨਾਂ ਨਾਲ ਮੌਕੇ 'ਤੇ ਰੂਬਰੂ ਹੋ ਕੇ ਗੱਲਬਾਤ ਕਰ ਸਕਦੇ ਹੋ ਔਰ ਮੌਕੇ 'ਤੇ ਆਪਣੇ ਦਾਖਲੇ ਦਾ ਨਤੀਜਾ ਲੈ ਸਕਦੇ ਹੋ। ਕੁਝ ਕਾਲਜਸ ਔਰ ਯੂਨੀਵਰਸਿਟੀਜ਼ ਤਾਂ ਮੌਕੇ 'ਤੇ ਤੁਹਾਨੂੰ ਔਫਰ ਲੈਟਰ ਵੀ ਦੇਣਗੇ, ਬੜੀ ਵੱਡੀ ਗੱਲ ਹੈ, ਮੌਕੇ 'ਤੇ ਔਫਰ ਲੈਟਰ ਵੀ ਹਾਸਲ ਕੀਤੀ ਜਾ ਸਕਦੀ ਹੈ ਯੂ ਨੋ। ਸੋ ਇਸ ਕਰਕੇ ਤੁਸੀਂ ਇਹ ਸੈਮੀਨਾਰ ਦਾ ਹਿੱਸਾ ਬਣ ਸਕਦੇ ਹੋ ਔਰ ਸੈਮੀਨਾਰ ਵਿੱਚ ਭਾਗ ਲੈ ਕੇ ਯੂ ਨੋ ਅੱਗੇ ਕੈਨੇਡਾ ਸਪਤੰਬਰ ਸੈਸ਼ਨ ਵਾਸਤੇ ਜਾਣਾ ਜਾਂ ਜੁਲਾਈ ਵਿੱਚ UK ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ। ਆਓ ਡੇਟਸ ਇੱਕ ਵਾਰ ਨੋਟ ਡਾਊਨ ਕਰ ਲਓ ਕਿ ਸੈਮੀਨਾਰਸ ਕਦੋਂ ਆਯੋਜਨ ਕੀਤੇ ਜਾ ਰਹੇ ਹੈ। ਮੁੱਖ ਕਾਰਨ ਹੈ 12ਵੀਂ ਔਰ ਗ੍ਰੈਜੂਏਟ ਦੇ ਬੱਚਿਆਂ ਨੂੰ ਮੁੱਖ ਰੱਖਦੇ ਹੋਏ ਹੀ ਸੈਮੀਨਾਰ ਕੀਤੇ ਜਾਂਦੇ ਹੈ, ਕਰਵਾਏ ਜਾਂਦੇ ਹੈ। ਬਾਹਰੋਂ ਯੂਨੀਵਰਸਿਟੀਜ਼ ਦੇ ਕਾਲਜਸ ਔਰ ਡੈਲੀਗੇਟਸ ਚੱਲ ਕੇ ਆਉਂਦੇ ਹੈ ਤੁਹਾਨੂੰ ਮਿਲਣ ਲਈ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਤੁਹਾਨੂੰ ਜਾਣਕਾਰੀ ਜ਼ਿਆਦਾ ਚਾਹੀਦੀ ਹੈ ਕਿਉਂਕਿ ਤੁਸੀਂ ਹੁਣ ਨਵੇਂ 12ਵੀਂ ਜਾਂ ਗ੍ਰੈਜੂਏਸ਼ਨ ਕਰਕੇ ਬਾਹਰ ਨਿਕਲ ਰਹੇ ਹੋ। ਸੋ ਸੈਮੀਨਾਰ ਆਯੋਜਨ ਕਰਵਾਏ ਜਾ ਰਹੇ ਹੈ, ਸਭ ਤੋਂ ਪਹਿਲੇ ਜਲੰਧਰ ਦੇ ਵਿੱਚ ਕੈਨੇਡਾ ਸਿੱਖਿਆ ਮੇਲਾ ਸਭ ਤੋਂ ਪਹਿਲੇ ਕਰਵਾਇਆ ਜਾ ਰਿਹਾ ਜਲੰਧਰ ਵਿੱਚ 29 ਮਾਰਚ ਜਲੰਧਰ ਦੇ ਵਿੱਚ ਸੈਮੀਨਾਰ ਕਰਵਾਇਆ ਜਾ ਰਿਹਾ ਹੋਟਲ ਰਮਾਡਾ ਦੇ ਵਿੱਚ, 30 ਮਾਰਚ ਨੂੰ ਸੈਮੀਨਾਰ ਕਰਵਾਇਆ ਜਾ ਰਿਹਾ ਲੁਧਿਆਣੇ ਦੇ ਵਿੱਚ ਰਜੰਟਾ ਕਲਾਸਿਕ ਬੱਸ ਸਟੈਂਡ ਦੇ ਨੇੜੇ, 31 ਮਾਰਚ ਨੂੰ ਸੈਮੀਨਾਰ ਕਰਵਾਇਆ ਜਾ ਰਿਹਾ ਚੰਡੀਗੜ੍ਹ। ਸੋ ਚੰਡੀਗੜ੍ਹ ਵਿੱਚ ਵੀ ਆ ਕੇ ਤੁਸੀਂ ਸਾਨੂੰ 31 ਮਾਰਚ ਨੂੰ ਸੈਮੀਨਾਰ ਲਈ ਮਿਲ ਸਕਦੇ ਹੋ। 1 ਅਪ੍ਰੈਲ ਨੂੰ ਸੈਮੀਨਾਰ ਕਰਵਾਇਆ ਜਾ ਰਿਹਾ ਪਟਿਆਲੇ ਦੇ ਵਿੱਚ, 3 ਅਪ੍ਰੈਲ ਨੂੰ ਸੈਮੀਨਾਰ ਕਰਵਾਇਆ ਜਾ ਰਿਹਾ ਮੋਗੇ ਦੇ ਵਿੱਚ, 5 ਅਪ੍ਰੈਲ ਨੂੰ ਸੈਮੀਨਾਰ ਕਰਵਾਇਆ ਜਾ ਰਿਹਾ ਬਠਿੰਡਾ ਦੇ ਵਿੱਚ, 6 ਅਪ੍ਰੈਲ ਨੂੰ ਸੈਮੀਨਾਰ ਕਰਵਾਇਆ ਜਾ ਰਿਹਾ ਪਠਾਨਕੋਟ ਦੇ ਵਿੱਚ ਅਤੇ ਕੁਛ ਟਾਈਮ ਪਾ ਕੇ ਫਿਰ ਦਿੱਲੀ ਵੀ ਜਾ ਰਹੇ ਹਾਂ ਆਪਾਂ 10 ਅਪ੍ਰੈਲ ਨੂੰ। ਸੋ 10 ਅਪ੍ਰੈਲ ਨੂੰ ਦਿੱਲੀ, 16 ਅਪ੍ਰੈਲ ਨੂੰ ਹੈਦਰਾਬਾਦ, 17 ਅਪ੍ਰੈਲ ਨੂੰ ਕੋਚੀ। ਸੋ 29 ਮਾਰਚ ਤੋਂ ਆਗਾਜ਼ ਹੋ ਰਿਹਾ ਹੈ ਕੈਨੇਡਾ ਸਿੱਖਿਆ ਮੇਲੇ ਦਾ, ਕੈਨੇਡੀਅਨ ਐਜੂਕੇਸ਼ਨ ਫੇਅਰ ਦਾ ਯੂ ਨੋ, ਜਿਹਦੇ ਵਿੱਚ ਤੁਸੀਂ ਮਿਲ ਸਕਦੇ ਹੋ 35 ਤੋਂ ਵੱਧ ਕੈਨੇਡਾ ਤੋਂ ਚੱਲ ਕੇ ਆ ਰਹੇ ਯੂਨੀਵਰਸਿਟੀਜ਼ ਔਰ ਕਾਲਜਿਸ ਦੇ ਨੁਮਾਇੰਦਿਆਂ ਨੂੰ, ਕਾਲਜ ਔਰ ਕੋਰਸ ਦੀ ਸਿਲੈਕਸ਼ਨ ਬਾਰੇ ਜਾਣਕਾਰੀ ਲੈ ਸਕਦੇ ਹੋ। $5,000 ਤੱਕ ਸਕੋਲਰਸ਼ਿਪਸ ਦਿੱਤੀਆਂ ਜਾ ਰਹੀਆਂ ਕੁਛ ਕਾਲਜਿਸ ਵੱਲੋਂ, ਉਸ ਦਿਨ ਉਸ ਬਾਰੇ ਜਾਣਕਾਰੀ ਲੈ ਸਕਦੇ ਹੋ। ਐਪਲੀਕੇਸ਼ਨ ਫੀਸ ਦੀ 100% ਤੱਕ ਕੁਛ ਕਾਲਜ ਵਿੱਚ ਛੂਟ ਰਹੂਗੀ, ਉਸ ਬਾਰੇ ਜਾਣਕਾਰੀ ਲੈ ਸਕਦੇ ਹੋ। ਸੋ ਯੂ ਨੋ ਮੌਕੇ 'ਤੇ ਔਫਰ ਲੈਟਰ ਹਾਸਲ ਕਰ ਸਕਦੇ ਹੋ। ਸੋ ਆਉਂਗੇ ਆਪਣੇ ਦਸਤਾਵੇਜ਼ ਲੈ ਕੇ ਔਰ ਜਾਊਂਗੇ ਔਫਰ ਲੈਟਰ ਨਾਲ ਦੀ ਨਾਲ $5,000 ਤੱਕ ਸਕੋਲਰਸ਼ਿਪ ਲੈ ਕੇ। ਸੋ ਫਲਾਈ ਇਨ ਵਿਦ ਯੋਰ ਡਾਕੂਮੈਂਟਸ ਐਂਡ ਫਲਾਈ ਆਊਟ ਵਿਦ ਸਕੋਲਰਸ਼ਿਪ through Pyramid E-Services, which is organizing a Canadian, Super Canadian Education Fair starting from 29th of March till the 16th of April. Seminars ਕਰਵਾਏ ਜਾਣਗੇ ਪਿਰਾਮਿਡ ਦੀਆਂ ਬ੍ਰਾਂਚਾਂ ਵਿੱਚ, ਤੁਸੀਂ ਆ ਕੇ ਇਹਦੇ ਬਾਰੇ ਪਹਿਲੇ ਵੀ ਜਾਣਕਾਰੀ ਲੈ ਸਕਦੇ ਹੋ। ਸਾਡੇ ਆਫਿਸਿਸ ਜਲੰਧਰ, ਲੁਧਿਆਣਾ, ਮੋਗਾ, ਬਠਿੰਡਾ, ਚੰਡੀਗੜ੍ਹ, ਪਟਿਆਲਾ, ਪਠਾਨਕੋਟ, ਨਵੀਂ ਦਿੱਲੀ, ਹੈਦਰਾਬਾਦ ਔਰ ਕੋਚੀ ਦੇ ਵਿੱਚ ਹੈ। ਇਹਨਾਂ ਦਫ਼ਤਰਾਂ ਵਿੱਚ ਤੁਸੀਂ ਜਾ ਕੇ ਰੂਬਰੂ ਹੋ ਕੇ ਕੈਨੇਡਾ, UK, ਆਸਟ੍ਰੇਲੀਆ, ਨਿਊਜ਼ੀਲੈਂਡ, ਜਰਮਨੀ, ਸਿੰਗਾਪੁਰ ਔਰ US ਦੇ ਸਟੂਡੈਂਟ ਵੀਜ਼ਾ ਬਾਰੇ ਜਾਣਕਾਰੀ ਲੈ ਸਕਦੇ ਹੋ। ਜਲੰਧਰ, ਲੁਧਿਆਣਾ, ਮੋਗੇ ਦੇ ਵਿੱਚ, ਬਠਿੰਡੇ ਦੇ ਵਿੱਚ, ਪਟਿਆਲਾ ਦੇ ਵਿੱਚ, ਚੰਡੀਗੜ੍ਹ ਦੇ ਵਿੱਚ ਤੁਸੀਂ ਆਇਲਟਸ ਵੀ ਕਰ ਸਕਦੇ ਹੋ। ਆਇਲਟਸ ਕਰਕੇ ਯੂ ਨੋ ਤੁਸੀਂ ਅੱਗੇ ਫਰਦਰ ਸਟੱਡੀ ਵੀਜ਼ਾ ਵੀ ਅਪਲਾਈ ਕਰਾ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸ਼ੋ ਵਿੱਚ। ਸਤਿ ਸ਼੍ਰੀ ਅਕਾਲ ਜੀ। ਜੀ ਸਰ ਜੀ। ਹਾਂਜੀ ਹਾਂਜੀ ਸਰ, ਮੈਂ ਨਾ ਤੁਹਾਨੂੰ ਗੱਲ ਕਰਨੀ, ਤੁਹਾਡਾ ਨਾ ਮੈਸੇਜ ਆਉਂਦਾ ਕਿ 6 ਲੱਖ ਦਾ ਜੀ, ਕਿ 6 ਲੱਖ 'ਚ 1 ਸਾਲ ਦੀ ਫੀਸ ਦੇ ਕੇ ਆਪਣਾ ਕੈਨੇਡਾ ਲਈ ਅਪਲਾਈ ਕਰੋ, ਤੇ ਮੈਂ ਤੁਹਾਨੂੰ ਇਹ ਕਹਿੰਦਾ 6 ਲੱਖ ਸਰ ਕਿਹੜੇ ਕਿਹੜੇ ਕੋਲੇਜ ਹੈਗੇ ਜਿੱਥੇ ਆਪਾਂ ਅਪਲਾਈ ਕਰ ਸਕਦੇ ਹਾਂ? ਪਹਿਲੀ ਗੱਲ ਤਾਂ 5 ਲੱਖ ਨਾਲੋਂ ਵੱਧ ਹੈ, ਸੋ 1 ਲੱਖ ਦੇਣ ਦਾ ਤੁਹਾਨੂੰ ਕੋਈ ਵੱਧ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ? ਨਹੀਂ ਨਹੀਂ ਸਰ, ਕਿਉਂਕਿ ਅੱਜ ਕੱਲ੍ਹ 1-5 ਲੱਖ ਦਾ ਵੀ ਬੜਾ ਚਰਚਾ ਚੱਲ ਰਹੀ ਸੀ, ਤੇ ਮੈਂ ਵੀ ਸੁਣਿਆ ਸਰ 5 ਲੱਖ
ਬੇਸਿਕਲੀ ਜਦੋਂ ਵੀ ਆਪਾਂ ਦੱਸਦਾ ਦਾ ਕੋਈ ਕੈਂਪੇਨ ਕਰੀਦਾ ਤੇ ਆਪਾਂ ਇਸ ਚੀਜ਼ ਨੂੰ ਮੁੱਖ ਰੱਖੀਦਾ ਕਿ ਕੁਝ ਇਹੋ ਜਿਹੇ ਬੱਚੇ ਵੀ ਹੈ ਜੋ ਕਿ 10-12 ਲੱਖ ਰੁਪਈਆ ਫੀਸ ਨਹੀਂ ਭਰ ਸਕਦੇ, ਬਟ ਜਦੋਂ ਆਪਾਂ ਇਹੋ ਜਿਹਾ ਕੰਪੇਨ ਕਰੀਦਾ ਤੇ ਬਹੁਤ ਚੀਜ਼ਾਂ ਨੂੰ ਸਾਹਮਣੇ ਰੱਖ ਕੇ ਕਰੀਦਾ ਹੈ, ਕਿਉਂਕਿ ਯੂ ਨੋ ਵੀ ਆਰ ਵੈਰੀ ਕੌਸ਼ੀਅਸ ਆਫ ਦਾ ਇਨਫੋਰਮੇਸ਼ਨ ਦੈਟ ਵੀ ਆਰ ਪਾਸਿੰਗ ਔਨ ਟੂ ਆਰ ਸਟੂਡੈਂਟ, ਕਿਉਂਕਿ ਉਹ ਇਨਫੋਰਮੇਸ਼ਨ ਔਥੈਂਟਿਕ ਹੋਣੀ ਚਾਹੀਦੀ ਹੈ, ਇਹਦੇ ਉੱਪਰ ਡੈਲੀਬਰੇਸ਼ਨ ਹੁੰਦੀ ਹੈ, ਡਿਸਕਸ਼ਨ ਹੁੰਦੀ ਹੈ, ਨਹੀਂ ਕਿ ਅੱਜ ਦਿਲ ਕੀਤਾ ਤਾਂ 5 ਲੱਖ ਬੋਲਤਾ, ਕੱਲ੍ਹ ਦਿਲ ਕੀਤਾ 15 ਲੱਖ ਬੋਲਤਾ, ਤਾਂ ਇਹ ਚੀਜ਼ਾਂ ਬੜੀਆਂ ਮਾਇਨੇ ਰੱਖਦੀਆਂ ਹੈ ਦੋਸਤ। ਸੋ 6 ਲੱਖ ਕੀ ਹੈ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਰਕਾਰੀ ਕਾਲਜ ਹੈ, ਬਹੁਤ ਸਾਰੇ ਹੋਰ ਵੀ ਇੱਧਰ ਸਰਕਾਰੀ ਕਾਲਜਿਸ ਹੈ ਪੂਰੇ ਕੈਨੇਡਾ ਦੇ ਵਿੱਚ, ਜਿਨ੍ਹਾਂ ਦੀ ਫੀਸ ਲਗਭਗ $12,000 ਸਾਲ ਦੀ ਹੈ, ਜੋ ਕਿ ਲਗਭਗ 6 ਲੱਖ ਰੁਪਈਆ ਬਣਦਾ ਹੈ। ਸੋ ਯੂ ਨੋ ਤੁਸੀਂ ਇਹ ਫੀਸ ਉਹਨਾਂ ਕਾਲਜਿਸ ਨੂੰ ਦੇ ਰਹੇ ਹੋ ਜਿੱਥੋਂ ਬਾਅਦ ਤੁਹਾਨੂੰ ਵਰਕ ਪਰਮਿਟ ਮਿਲੂਗਾ 3-3 ਸਾਲ ਦਾ। ਸੋ 6 ਲੱਖ ਜਿਹੜੀ ਫੀਸ ਦੇ ਪਿੱਛੇ ਸੱਚ ਕੀ ਹੈ, ਉਹ ਸੱਚ ਇਹ ਹੈ ਕਿ ਇਹ ਉਹ ਕਾਲਜਿਸ ਹੈ ਜੋ ਕਿ ਉਹਨਾਂ ਇਲਾਕਿਆਂ 'ਚ ਨਹੀਂ ਹੈ ਜਿੱਥੇ ਕੋਸਟ ਆਫ ਲਿਵਿੰਗ ਵੱਧ ਹੈ, ਕੋਸਟ ਆਫ ਹਾਇਰਿੰਗ ਇੰਪਲੋਈਜ਼ ਵੱਧ ਹੈ। ਜੇ ਤੁਸੀਂ ਵੈਂਕੂਵਰ ਜਾਂ ਟੋਰੋਂਟੋ ਵਿੱਚ ਕੋਈ ਬੰਦਾ ਹਾਇਰ ਕਰਦੇ ਹੋ, ਤੁਸੀਂ ਉਹਨੂੰ $25-$40 ਘੰਟੇ ਦਾ ਦਿੰਦੇ ਹੋ। ਜੇ ਤੁਸੀਂ ਕੈਸਲ ਗਰਗ ਦੇ ਵਿੱਚ, ਪ੍ਰਿੰਸ ਜਾਰਜ ਦੇ ਵਿੱਚ ਜਾਂ ਕਿਤੇ ਹੋਰ ਕੋਈ ਬੰਦਾ ਹਾਇਰ ਕਰਦੇ ਹੋ, ਤੁਸੀਂ ਉਹਨਾਂ ਨੂੰ ਵੇਜ ਯੂ ਨੋ 25 ਦੀ ਬਜਾਏ $18-$20 ਦੇ ਕੇ ਵੀ ਹਾਇਰ ਕਰ ਸਕਦੇ ਹੋ, ਕਿਉਂਕਿ ਉੱਥੇ ਕੋਸਟ ਆਫ ਲਿਵਿੰਗ ਘੱਟ ਹੈ। ਸੋ ਬੱਚੇ ਘੱਟ ਜਾਣ ਕਰਕੇ ਇਹਨਾਂ ਨੂੰ ਬੱਚੇ ਤਾਂ ਚਾਹੀਦੇ ਹੁੰਦੇ ਸਰਕਾਰੀ ਕਾਲਜਾਂ ਨੂੰ, ਯੂਨੀਵਰਸਿਟੀਆਂ ਨੂੰ, ਪਰ ਕੋਸਟ ਆਫ ਲਿਵਿੰਗ ਘੱਟ ਕਰਕੇ ਇਹ ਓਵਰਆਲ ਫੀਸ ਘੱਟ ਆਫਰ ਕਰਦੇ ਆ ਤਾਂ ਕਿ ਬੱਚੇ ਜ਼ਿਆਦਾ ਤੋਂ ਜ਼ਿਆਦਾ ਅਟਰੈਕਟ ਹੋ ਸਕਣ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਇਹ ਕਾਲਜ ਯੂ ਨੋ ਵੈਲਿਡ ਨਹੀਂ ਹੈ ਜਾਂ ਵਰਕ ਵੀਜ਼ਾ ਨਹੀਂ ਮਿਲੂਗਾ ਜਾਂ ਇਹ ਕਾਲਜ ਵਿੱਚ ਪੜ੍ਹਾਈ ਘੱਟ ਕਰਾਈ ਜਾਊਗੀ ਜਾਂ ਪੜ੍ਹਾਈ ਮਾੜੀ ਹੋਊਗੀ। ਇਹ ਸਰਕਾਰੀ ਕਾਲਜ ਹੈ, ਕਮਿਊਨਿਟੀ ਕਾਲਜ ਨੈਟਵਰਕ ਦਾ ਪਾਰਟ ਹੈ, ਇੱਕੋ ਲੈਵਲ ਆਫ ਐਜੂਕੇਸ਼ਨ ਹੈ, ਚਾਹੇ ਤੁਸੀਂ ਵੈਂਕੂਵਰ ਪੜ੍ਹ ਲਓ, ਚਾਹੇ ਕੈਸਲਗਰਗ ਪੜ੍ਹ ਲਓ, ਚਾਹੇ ਟੋਰੋਂਟੋ ਪੜ੍ਹ ਲਓ, ਲੈਵਲ ਆਫ ਐਜੂਕੇਸ਼ਨ ਇਜ਼ ਐਬਸੋਲੂਟਲੀ ਦਾ ਸੇਮ, ਪ੍ਰੋਗਰਾਮ ਸੇਮ ਹੈ, ਪ੍ਰੋਗਰਾਮ ਦੀ ਜੋਬ ਆਊਟਕਮਸ ਸੇਮ ਹੈ, ਪ੍ਰੋਗਰਾਮ ਦੀ ਜੋਬ ਆਊਟਕਮਸ ਤੋਂ ਬਾਅਦ ਵਰਕ ਵੀਜ਼ਾ 3 ਸਾਲ ਦਾ ਮਿਲ ਸਕਦਾ ਹੈ, PR ਉੱਦਾਂ ਹੀ ਮਿਲੇਗੀ। ਇਨਫੈਕਟ ਜਿਹੜੇ ਕਾਲਜਿਸ ਦੀ ਆਪਾਂ ਗੱਲ ਕਰ ਰਹੇ ਹਾਂ, RINP ਦੇ ਅੰਦਰ ਵੀ ਪਾਰਟੀਸਿਪੇਟ ਕਰਦੇ ਆ, ਰੂਰਲ ਇਮੀਗ੍ਰੇਸ਼ਨ ਨੋਮੀਨੀ ਪ੍ਰੋਗਰਾਮ ਜਿਹੜਾ ਸ਼ੁਰੂ ਹੋਇਆ ਹੈ, ਇਹ ਕਾਲਜ ਉਸ ਪ੍ਰੋਗਰਾਮ ਦੇ ਵਿੱਚ ਵੀ ਪਾਰਟੀਸਿਪੇਟ ਕਰਦਾ ਹੈ। ਸੋ ਇੱਕ ਤਾਂ 6 ਲੱਖ ਰੁਪਏ 'ਚ ਕੈਨੇਡਾ ਜਾਓ, ਉਸ ਤੋਂ ਬਾਅਦ PR ਲਈ ਉਸ ਪਾਇਲਟ ਪ੍ਰੋਗਰਾਮ ਦਾ ਤੁਸੀਂ ਹਿੱਸਾ ਬਣ ਸਕਦੇ ਹੋ ਔਰ ਅੱਗੇ ਫਰਦਰ ਆਪਣਾ ਇੱਕ ਉਜਵਲ ਭਵਿੱਖ ਕੈਨੇਡਾ ਦੇ ਵਿੱਚ ਬਣਾ ਸਕਦੇ ਹੋ। ਸੋ ਇਸ 6 ਲੱਖ ਬਾਰੇ ਹੋਰ ਜਾਣਕਾਰੀ ਚਾਹੀਦੀ ਹੈ, ਯੂ ਨੋ ਇਸ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਚਾਹੀਦੀ ਹੈ, ਤਾਂ 92-563-92-563 'ਤੇ ਕਾਲ ਕਰੋ, ਪਿਰਾਮਿਡ ਈ ਸਰਵਿਸਿਜ਼ ਦੇ ਆਫਿਸਿਸ ਵਿੱਚ ਵਿਜ਼ਿਟ ਕਰੋ ਔਰ ਆ ਕੇ ਜਾਣਕਾਰੀ ਹਾਸਲ ਕਰੋ ਔਰ ਕੈਨੇਡਾ ਵਿੱਚ ਪੜ੍ਹਾਈ ਕਰਨ ਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ। ਜੀ ਹੈਲੋ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸ਼ੋਅ ਵਿੱਚ। ਹਾਂਜੀ, ਸਤਿ ਸ਼੍ਰੀ ਅਕਾਲ ਮੈਮ। ਜੀ ਮੈਮ, ਸਵਾਗਤ ਪੁੱਛੋ। ਮੈਮ, ਮੈਂ ਨਾ ਰਵਨੀਤ ਗੱਲ ਕਰ ਰਹੀ ਹੈਗੀ ਹਾਂ ਜੀ, ਜੀ ਫਗਵਾੜਾ ਤੋਂ। ਮੈਮ ਐਕਚੁਅਲੀ ਨਾ ਮੈਂ ਤੇ ਮੇਰੇ ਹਸਬੈਂਡ ਨਾ ਮਿਸਟਰ ਪਰਮਜੀਤ, ਅਸੀਂ ਨਾ ਸ਼ਨੀ ਮਤਲਬ ਕਿ ਤੁਹਾਡੇ ਕਾਲਜ ਜਾ ਕੇ ਆਏ ਸੀ ਫਰਾਈਡੇ ਨੂੰ ਜੀ, ਤੇ ਉੱਥੇ ਨਾ ਮੈਂ ਨਾਨੀ ਬਾਰੇ ਸਰ ਪੁੱਛਿਆ ਸੀ। ਮੈਂ ਪਲੱਸ 2 ਕੀਤੀ ਹੋਈ ਹੈ 2012 ਦੇ ਵਿੱਚ ਸਰ, ਮੈਡੀਕਲ ਲਾਈਨ 'ਚ। ਬਿਲਕੁਲ। ਤੇ ਸਰ ਹੁਣ ਨਾ ਨਾਨੀ ਦਾ ਉਹਨਾਂ ਨੇ ਸਾਰਾ ਉਹਨਾਂ ਨੇ ਦੱਸਿਆ ਕਿ GDA ਦਾ ਕੋਰਸ ਕਰਾਉਣਾ, ਨਾਨੀ ਦਾ ਕਰਾਉਣਾ, ਫੀਸ ਵਗੈਰਾ ਦੱਸ ਦਿੱਤੀ ਸੀ, ਪਰ ਸਰ ਸ਼ੋਰਿਟੀ ਹੈ ਕਿ ਸਰ ਮੈਨੂੰ ਬਾਅਦ ਦਾ ਵੀਜ਼ਾ ਲੱਗ ਜਾਊਗਾ। ਦੇਖੋ, ਪਹਿਲੀ ਗੱਲ ਤਾਂ ਇੱਕ ਗੱਲ ਦੱਸਣਾ ਚਾਹੂੰਗਾ ਕਿ ਪਿਰਾਮਿਡ ਕਾਲਜ ਆਫ ਬਿਜ਼ਨਸ ਐਂਡ ਟੈਕਨੋਲੋਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਨਾਲ ਐਫੀਲੀਏਟਡ ਹੈ ਔਰ ਅੰਡਰ ਗ੍ਰੈਜੂਏਟ ਦੇ ਵਿੱਚ BBA, BCA, BCOM, ਬੈਚਲਰ ਆਫ ਏਅਰਲਾਈਨ ਟੂਰਿਜ਼ਮ ਮੈਨੇਜਮੈਂਟ, ਬੈਚਲਰ ਆਫ ਹੋਸਪਿਟੈਲਿਟੀ ਮੈਨੇਜਮੈਂਟ, ਬੈਚਲਰ ਆਫ ਐਨੀਮੇਸ਼ਨ ਮਲਟੀਮੀਡੀਆ, ਬੈਚਲਰ ਆਫ ਫੈਸ਼ਨ ਡਿਜ਼ਾਈਨਿੰਗ ਵਰਗੇ ਅੰਡਰ ਗ੍ਰੈਜੂਏਟ 3-3, 4-4 ਸਾਲ ਦੀਆਂ ਡਿਗਰੀਆਂ ਕਰਾ ਰਿਹਾ, ਨਾਲ ਦੀ ਨਾਲ MBA ਜੋ ਕਿ AICTE ਅਪਰੂਵਡ ਹੈ, 2 ਸਾਲ ਦਾ MBA ਪ੍ਰੋਗਰਾਮ ਕਰਵਾ ਰਿਹਾ। ਜੇ ਤੁਸੀਂ ਯੂ ਨੋ ਸਕੋਲਰਸ਼ਿਪ ਸੁਣੋਗੇ ਤਾਂ ਹੈਰਾਨ ਹੋ ਜਾਓਗੇ, 90% ਤੱਕ ਬੱਚਿਆਂ ਨੂੰ ਯੂ ਨੋ ਸਕੋਲਰਸ਼ਿਪ ਮਿਲ ਰਹੀ ਹੈ। ਜੇ ਤੁਹਾਡੇ 70% ਤੋਂ ਉੱਪਰ 12ਵੀਂ 'ਚ ਨੰਬਰ ਆ ਜਾਂਦੇ ਹੈ ਤੇ ਤੁਹਾਨੂੰ ਟਿਊਸ਼ਨ ਫੀਸ ਤੇ 90% ਤੱਕ ਸਕੋਲਰਸ਼ਿਪ ਮਿਲੂਗੀ। ਸੋ ਜੇ ਤੁਸੀਂ ਇੰਡੀਆ ਵਿੱਚ ਪੜ੍ਹਾਈ ਕਰਨਾ ਚਾਹੁੰਦੇ ਹੋ ਔਰ ਉਸ ਤੋਂ ਬਾਅਦ 2 ਸਾਲ ਬਾਅਦ ਕੈਨੇਡਾ ਮੂਵ ਹੋਣਾ ਚਾਹੁੰਦੇ ਹੋ, 3rd year ਉੱਥੇ ਜਾ ਕੇ 2+2 ਦੇ ਅੰਡਰ ਪੜ੍ਹਾਈ ਕਰਨਾ ਚਾਹੁੰਦੇ ਹੋ, ਤਾਂ PTU ਦੀ ਫੀਸ ਦੇ ਕੇ ਘੱਟ ਤੋਂ ਘੱਟ ਖਰਚੇ ਵਿੱਚ ਤੁਸੀਂ 30-35 ਲੱਖ ਰੁਪਈਆ ਆਪਣਾ ਬਚਾ ਸਕਦੇ ਹੋ। ਅੰਡਰ ਕੈਨੇਡਾ ਕ੍ਰੈਡਿਟ ਟ੍ਰਾਂਸਫਰ ਪ੍ਰੋਗਰਾਮ 2+2 ਰਾਹੀਂ ਤੁਸੀਂ ਜਾ ਸਕਦੇ ਹੋ। ਹੁਣ ਐਨੀਮੇਸ਼ਨ ਮਲਟੀਮੀਡੀਆ ਦਾ ਵੀ ਬਹੁਤ ਅੱਛਾ ਪ੍ਰੋਗਰਾਮ ਇੰਟਰੋਡਿਊਸ ਹੋ ਗਿਆ ਹੈ, ਜਿਹਦੇ ਵਿੱਚ ਤੁਸੀਂ 1 ਸਾਲ ਪਿਰਾਮਿਡ ਕਾਲਜ ਵਿੱਚ ਪੜ੍ਹੋਗੇ, ਉਸ ਤੋਂ ਬਾਅਦ 2 ਸਾਲ ਕੈਨੇਡਾ ਦੇ ਸਰਕਾਰੀ ਕਾਲਜ ਵਿੱਚ ਪੜ੍ਹ ਕੇ ਐਨੀਮੇਸ਼ਨ ਮਲਟੀਮੀਡੀਆ ਅੰਦਰ 3 ਸਾਲ ਦਾ ਵਰਕ ਵੀਜ਼ਾ ਵੀ ਹਾਸਲ ਕਰੋਗੇ ਔਰ ਲੇਟੈਸਟ ਐਨੀਮੇਸ਼ਨ ਔਰ ਯੂ ਨੋ ਮਲਟੀਮੀਡੀਆ ਦੇ ਟ੍ਰੈਂਡਸ ਐਂਡ ਟੈਕਨੋਲੋਜੀ ਸਮਝ ਕੇ 60 ਤੋਂ $1,00,000 ਤੱਕ ਯੂ ਨੋ
ਟੌਪ ਐਂਡ ਜੋਬ ਹਾਸਲ ਕਰ ਪਾਉਂਗੇ। ਸ਼ੁਰੂ ਹੋਊਗਾ ਪਿਰਾਮਿਡ ਕਾਲਜ ਵਿੱਚ ਐਨੀਮੇਸ਼ਨ ਐਂਡ ਮਲਟੀਮੀਡੀਆ ਦੇ ਪ੍ਰੋਗਰਾਮ ਤੋਂ, ਖਤਮ ਹੋਊਗਾ ਕੈਨੇਡਾ ਦੇ ਸਰਕਾਰੀ ਕਾਲਜ ਵਿੱਚ ਐਨੀਮੇਸ਼ਨ ਕੋਰਸ 'ਤੇ, ਔਰ ਯੂ ਵਿਲ ਦੈਨ ਲੈਂਡ ਅਪ ਇਨ ਟੌਪ ਕੰਪਨੀਜ਼ ਵਿਦ ਟੌਪ ਜੋਬਸ। ਬਹੁਤ ਸੇਵਿੰਗ ਹੈ, ਬਹੁਤ ਅੱਛੀ ਓਪਰਚੁਨਿਟੀਜ਼ ਹੈ। ਸੋ ਜੇ ਤੁਸੀਂ 2+2 ਜਾਂ 1+2 'ਚ ਜਾਣਾ ਚਾਹੁੰਦੇ ਹੋ ਤਾਂ ਅੱਜ ਹੀ ਪਿਰਾਮਿਡ ਕਾਲਜ ਆਫ ਬਿਜ਼ਨਸ ਐਂਡ ਟੈਕਨੋਲੋਜੀ ਨੂੰ ਕਾਲ ਕਰੋ 9956362563, ਜਾਂ ਫਿਜ਼ੀਕਲੀ ਵਿਜ਼ਿਟ ਕਰੋ ਕੈਂਪਸ, ਦੇਖੋ ਜੀ ਟੀ ਰੋਡ 'ਤੇ ਕੈਂਪਸ ਹੈ। ਨਾਲ ਦੀ ਨਾਲ ਗੱਲ ਆ ਗਈ ਯੂਨੋ ਨੈਨੀ ਦੀ, ਪਿਰਾਮਿਡ ਇੰਟਰਨੈਸ਼ਨਲ ਕਾਲਜ ਵਿੱਚ ਆਪਾਂ ਨੈਨੀ ਵੀ ਕਰਵਾਉਂਦੇ ਹਾਂ। ਸਕਿੱਲ ਇੰਡੀਆ ਔਰ ਹੈਲਥ ਸਕਿੱਲ ਕੌਂਸਲ ਵੱਲੋਂ ਬਹੁਤ ਘੱਟ ਸੈਂਟਰ ਹੈ ਪੂਰੇ ਪੰਜਾਬ ਦੇ ਵਿੱਚ ਜੋ ਸਕਿੱਲ ਇੰਡੀਆ ਵੱਲੋਂ ਮਾਨਤਾ ਪ੍ਰਾਪਤ ਹੈ, ਹੈਲਥ ਸਕਿੱਲ ਕੌਂਸਲ ਵੱਲੋਂ ਮਾਨਤਾ ਪ੍ਰਾਪਤ ਹੈ। ਸੋ ਇੱਕ ਤੁਹਾਨੂੰ ਅੱਜ ਕੱਲ੍ਹ ਨੈਨੀ ਦੇ ਸੈਂਟਰ ਤਾਂ ਬਹੁਤ ਖੁੱਲ੍ਹੇ ਹੈ, ਪਰ ਆਪ ਸਰਟੀਫਿਕੇਟ 50,000 ਰੁਪਏ ਦੇ ਛਾਪ ਕੇ ਦੇਈ ਜਾਂਦੇ ਉੱਪਰ ਲਿਖ ਕੇ, ਦਿਸ ਇਜ਼ ਟੂ ਸਰਟੀਫਾਈ ਯੂਨੋ ਸੋ ਐਂਡ ਸੋ ਪਰਸਨ ਹੈਜ਼ ਡਨ ਅ ਨੈਨੀ ਕੋਰਸ ਫੋਰ 200 ਆਵਰਸ। ਉਹਦੀ ਕੀ ਵੈਲਿਡਿਟੀ ਹੈ ਮੈਂ ਨਹੀਂ ਜਾਣਦਾ, ਨਾ ਹੀ ਮੈਂ ਕਮੈਂਟ ਕਰਾਂਗਾ, ਬਟ ਇੱਕ ਸਰਕਾਰ ਵੱਲੋਂ ਸਰਟੀਫਿਕੇਟ ਅਗਰ ਮਿਲਦਾ ਹੈ ਔਰ ਅਗਰ ਉਹਦੀ ਗਵਰਨਮੈਂਟ 'ਤੇ ਪਬਲੀਕੇਸ਼ਨ, ਗਵਰਨਮੈਂਟ ਦੀ ਵੈਬਸਾਈਟ 'ਤੇ ਤੁਹਾਡਾ ਨਾਮ ਅਗਰ ਅਪਲੋਡ ਹੁੰਦਾ ਹੈ ਤਾਂ ਉਹਦੀ ਵੈਲਿਡਿਟੀ ਤੁਸੀਂ ਵੀ ਸਮਝ ਸਕਦੇ ਹੋ। ਇਹਦੇ ਕੋਈ ਪੁਆਇੰਟ ਮਿਲਣਗੇ ਜਾਂ ਨਹੀਂ ਮਿਲਣਗੇ, ਯੂਨੋ ਇਮੀਗ੍ਰੇਸ਼ਨ ਦੇ ਵਿੱਚ ਤੁਸੀਂ ਬੈਟਰ ਹੈ ਕਿ ਕਿਸੇ ਇਮੀਗ੍ਰੇਸ਼ਨ ਕੰਸਲਟੈਂਟ ਨੂੰ ਕੈਨੇਡਾ ਵਿੱਚ ਕੰਸਲਟ ਕਰੋ, ਯੂਨੋ ਬਟ ਐਟ ਦ ਸੇਮ ਟਾਈਮ ਇਹਦੀ ਵੈਲਿਡਿਟੀ ਯੂਨੋ ਮੈਂ ਤੁਹਾਨੂੰ ਦੱਸ ਰਿਹਾ ਕਿ ਹੈਗੀ ਹੈ, ਸਕਿੱਲ ਇੰਡੀਆ ਵੱਲੋਂ ਹੈ, ਗਵਰਨਮੈਂਟ ਦੀ ਵੈਬਸਾਈਟ 'ਤੇ ਨਾਮ ਹੋਏਗਾ, ਅਗਲਾ ਬੈਚ ਮਾਰਚ ਵਿੱਚ ਹੀ ਸ਼ੁਰੂ ਹੋ ਰਿਹਾ ਹੈ। ਯੂਨੋ ਤੁਸੀਂ ਆ ਕੇ ਇਹਦੇ ਬਾਰੇ ਜਾਣਕਾਰੀ ਲੈ ਸਕਦੇ ਹੋ, ਬੈਚ ਸ਼ੁਰੂ ਕਰ ਸਕਦੇ ਹੋ। ਹੋਮ ਹੈਲਥ ਏਡ ਔਰ ਜਨਰਲ ਡਿਊਟੀ ਅਸਿਸਟੈਂਟ ਆ, 3-3 ਮਹੀਨੇ ਦੇ ਕੋਰਸਿਸ ਹੈਗੇ ਆ ਜੋ ਤੁਸੀਂ ਕਰਕੇ ਅੱਗੇ ਫਰਦਰ ਨੈਨੀ ਦੀ ਫੀਲਡ ਵਿੱਚ ਆਪਣਾ ਇੱਕ ਕਰੀਅਰ ਬਣਾ ਸਕਦੇ ਹੋ। ਇੰਡੀਆ ਵਿੱਚ ਵੀ ਜੋਬ ਲੈ ਸਕਦੇ ਹੋ, ਬਿਕੋਜ਼ ਇਹਨਾਂ ਦੀ ਇੰਡੀਆ ਵਿੱਚ ਵੀ ਬਹੁਤ ਜੋਬਸ ਹੈ। ਅਗਰ ਤੁਹਾਨੂੰ ਬਾਹਰੋਂ ਕੋਈ LMIA ਦੇ ਦਿੰਦਾ ਹੈ ਇਹਦੇ ਬੇਸਿਸ ਦੇ ਉੱਤੇ, ਵਰਕ ਵੀਜ਼ਾ ਵੀ ਅਪਲਾਈ ਕਰ ਸਕਦੇ ਹੋ। ਪਿਰਾਮਿਡ ਅਪਲਾਈ ਕਰਦਾ ਹੈ, ਆਪਾਂ ਨਹੀਂ ਕਰਦੇ। ਪਿਰਾਮਿਡ ਕਾਲਜ ਅਪਲਾਈ ਕਰਦਾ ਹੈ, ਆਪਾਂ ਨਹੀਂ ਕਰਦੇ। ਹਾਲਾਂਕਿ ਮੇਰੇ ਕੋਲ ਵਰਕ ਵੀਜ਼ਾ ਦਾ ਲਾਇਸੈਂਸ ਹੈ, ਬਟ ਸਾਡਾ ਹੀ ਉਹਦੇ ਵਿੱਚ ਕੋਈ ਐਕਸਪਰਟੀਜ਼ ਨਹੀਂ ਹੈ। ਜੇ ਤੁਹਾਡਾ ਕੋਈ ਰਿਸ਼ਤੇਦਾਰ ਜਾਂ ਉੱਥੋਂ ਦਾ ਕੋਈ ਲੋਕਲ ਯੂਨੋ ਇਮੀਗ੍ਰੇਸ਼ਨ ਕੰਸਲਟੈਂਟ ਤੁਹਾਨੂੰ ਉਹਦੇ ਵਿੱਚ LMIA ਦੇ ਰਿਹਾ ਹੈ, ਅਤੇ ਇਸ ਸਰਟੀਫਿਕੇਟ ਦੀ ਵੈਲਿਡਿਟੀ ਕੀ ਹੈ, ਇਹ ਗਵਰਨਮੈਂਟ ਯੂਨੋ ਸਰਟੀਫਿਕੇਟ ਹੈ, ਸੋ ਡੈਫੀਨੇਟਲੀ ਇਗਜ਼ਾਮ ਹੋਏਗਾ, ਉੱਥੇ ਨਾਮ ਆਏਗਾ, ਵੈਲਿਡਿਟੀ ਰਹੇਗੀ। ਜੀ ਸਰ, ਜਾਂਦੇ ਹੋਏ ਸਾਡੇ ਦਰਸ਼ਕਾਂ ਨੂੰ ਤੁਹਾਡੇ ਵੱਲੋਂ ਕਰਵਾਏ ਜਾ ਰਹੇ ਸੈਮੀਨਾਰ ਦੀ ਡੇਟ ਇੱਕ ਵਾਰ। ਸੋ ਪਿਰਾਮਿਡ ਈ ਸਰਵਿਸਿਜ਼ ਹਰ ਸਾਲ ਦੀ ਤਰ੍ਹਾਂ ਇੱਕ ਵਾਰ ਫਿਰ ਤੋਂ ਇਸ ਸਾਲ ਵੀ ਸੈਮੀਨਾਰ ਆਰਗਨਾਈਜ਼ ਕਰਾ ਰਿਹਾ ਹੈ। ਕੈਨੇਡਾ ਸਿੱਖਿਆ ਮੇਲਾ 29 ਮਾਰਚ ਤੋਂ ਸ਼ੁਰੂ ਹੋ ਰਿਹਾ, 29 ਮਾਰਚ ਨੂੰ ਜਲੰਧਰ ਵਿੱਚ ਕਰਵਾਇਆ ਜਾ ਰਿਹਾ, 30 ਮਾਰਚ ਨੂੰ ਲੁਧਿਆਣੇ, 31 ਮਾਰਚ ਨੂੰ ਚੰਡੀਗੜ੍ਹ, 1 ਮਾਰਚ ਨੂੰ, 1 ਅਪ੍ਰੈਲ ਨੂੰ ਪਟਿਆਲਾ, 3 ਅਪ੍ਰੈਲ ਨੂੰ ਮੋਗਾ, 4 ਅਪ੍ਰੈਲ ਨੂੰ ਬਠਿੰਡਾ। ਫਰਦਰ ਜਾਣਕਾਰੀ ਲਈ pyramideservices.com ਜਾਂ pyramidvisa.com ਤੇ ਜਾ ਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ। ਕਾਲ ਕਰ ਸਕਦੇ ਹੋ 9956392563, ਜਾਂ ਆਪਣੇ ਨੇੜੇਲੀ ਬ੍ਰਾਂਚ ਪਿਰਾਮਿਡ ਦੀ ਜਾ ਕੇ 1-to-1 ਵੀ ਜਾਣਕਾਰੀ ਲੈ ਸਕਦੇ ਹੋ। ਨੂਰ ਸਿੰਘ ਜੀ, ਸ਼ੁਭ ਚਾਨਣੀ, ਤੁਹਾਡਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ।